ਜਿੱਥੇ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਘਟਣ ਤੋਂ ਬਾਅਦ ਹੁਣ ਲੋਕਾਂ ਵਿੱਚ ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਉਤਸ਼ਾਹ ਹੈ, ਉੱਥੇ ਹੀ ਹੁਣ ਪੁਲਿਸ ਵੀ ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਚੁਕੰਨੀ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦਿਆਂ ਤਿਉਹਾਰਾਂ ਤੇ ਮੁਨਾਫਾਖੋਰੀ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਜਿਹਾ ਹੀ ਕੁਝ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਪੁਲਿਸ ਨੇ ਸਵਾਸਤਿਕ ਇਨਕਲੇਵ ਕਲੋਨੀ ਵਿੱਚ ਛਾਪੇਮਾਰੀ ਕਰਕੇ ਇੱਕ ਗੋਦਾਮ ਵਿੱਚ ਭਾਰੀ ਮਾਤਰਾ ਵਿੱਚ ਅਵੈਧ ਰੂਪ ਵਿੱਚ ਰੱਖੇ ਹੋਏ ਪਟਾਕੇ ਬਰਾਮਦ ਕੀਤੇ ਤੇ ਪੁਲਿਸ ਦੁਆਰਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਨਯੋਗ SSP ਪਠਾਨਕੋਟ ਸ੍ਰੀ ਗੁਰਲੀਨ ਖੁਰਾਣਾ ਜੀ IPS ਅਤੇ ਸਾਡੇ DSP ਸਿਟੀ ਸਾਹਿਬ ਦੀ ਜਿਹੜੀ ਜੇ ਅਗਵਾਈ ਹੇਠ ਜਿਹੜਾ ਇਹ ਓਪਰੇਸ਼ਨ ਇੱਕ ਚੱਲ ਰਿਹਾ ਕਿ ਜਿਹੜਾ ਹੁਣ ਆਉਣ ਦੇ ਟਾਈਮ 'ਤੇ ਦੀਵਾਲੀ ਆ ਰਿਹਾ, ਫੈਸਟੀਵਲ ਸੀਜ਼ਨ ਆ ਰਿਹਾ, ਇਹਦੇ ਵਿੱਚ ਇਲੀਗਲ ਸਟਾਕ ਕਰਦੇ ਨੇ ਪਟਾਕਿਆਂ ਦਾ। ਉਹਦੀ ਘੜੀ ਵਿੱਚ ਅੱਜ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਸੀਗੀ ਕਿ ਰਮਨ ਕੁਮਾਰ ਜਿਹੜਾ ਇੱਥੋਂ ਦਾ ਰਹਿਣ ਵਾਲਾ, ਇਸ ਤੋਂ ਪਹਿਲਾਂ ਵੀ ਪਰਚਾ ਹੈਗਾ ਅਤੇ ਉਹਦੀ ਅਸੀਂ ਦੁਕਾਨ ਚੈੱਕ ਕੀਤੀ, ਉਸ ਤੋਂ ਬਾਅਦ ਇੱਕ ਗੋਦਾਮ ਦਾ ਪਤਾ ਲੱਗਾ, ਗੋਦਾਮ ਚੈੱਕ ਕੀਤਾ, ਉਹਦੇ ਵਿੱਚ ਸਾਨੂੰ ਕਾਫੀ ਭਾਰੀ ਮਾਤਰਾ 'ਚ ਜਿਹੜਾ ਸਪੋਟਿਕ ਪਦਾਰਥ ਜਿਹੜੇ ਪਟਾਕੇ ਨੇ ਇਲੀਗਲ, ਇਹਦੇ ਕੋਲ ਕੋਈ ਬਿੱਲ ਨਹੀਂ ਹੈਗਾ, ਕੋਈ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ, ਅਤੇ ਉਹ ਅਸੀਂ ਕਬਜ਼ੇ 'ਚ ਲਏ। ਇਸ ਤੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜਾ ਕਰਨ ਤੋਂ ਬਾਅਦ ਬਾਕੀ ਕਿਹੜੀ ਲੋਕੇਸ਼ਨ ਸਰ ਗੋਦਾਮ? ਇਹ ਗੋਦਾਮ ਜਿਹੜਾ ਹੈ ਸਵਾਸਤਿਕ ਇਨਕਲੇਵ ਪੈਂਦਾ, ਵੈਸੇ ਤਾਂ ਬਜਰ ਕੰਪਨੀ ਦਾ ਵੀ ਏਰੀਆ ਹੈਗਾ ਸਵਾਸਤਿਕ ਇਨਕਲੇਵ ਢਾਕੀ ਰੋਡ 'ਚ, ਉੱਥੇ ਹੈਗਾ ਜੀ। ਟਰੈਕਰ ਦੀ ਸਰ ਕੀ ਕੁਆਂਟੀਟੀ ਕਿਹੜੀ? ਮਤਲਬ ਐਗਜੈਕਟ ਕੁਆਂਟੀਟੀ ਦੱਸਣਾ ਜੀ ਤਾਂ ਮੁਸ਼ਕਲ ਹੈ, ਬਾਕੀ ਅਸੀਂ ਮਤਲਬ ਤੁਸੀਂ ਇੱਕ ਜਿਹੜਾ ਟਰੱਕ ਇਹ ਭਰਿਆ ਹੋਇਆ, ਇੱਕ 407 ਭਰੀ ਹੋਈ ਹੈ, ਦੋ ਸਰਕਾਰੀ ਗੱਡੀ 'ਤੇ ਵੀ ਗੇੜੇ ਲਾ ਲਏ ਅਸੀਂ, ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਗੀ। ਪਰਮਿਸ਼ਨ ਸਰ ਜਾਂ ਲਾਇਸੈਂਸ ਕੋਈ ਡਿਸਟ੍ਰੀਬਿਊਸ਼ਨ? ਨਹੀਂ ਜੀ ਨਹੀਂ, ਕੋਈ ਫਿਲਹਾਲ ਇਹਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ। ਜੇ ਲਾਇਸੈਂਸ ਹੁੰਦਾ ਵੀ ਹੈ ਤਾਂ ਇਸ ਜਗ੍ਹਾ 'ਤੇ ਤਾਂ ਪਰਮਿਸ਼ਨ ਫਿਰ ਵੀ ਨਹੀਂ ਮਿਲ ਸਕਦੀ ਕਿਉਂਕਿ ਰਿਹਾਇਸ਼ੀ ਏਰੀਆ ਦੇ ਵਿੱਚ ਗੋਦਾਮ ਨਹੀਂ ਹੋ ਸਕਦਾ। ਅਤੇ ਸਰ ਫਰਦਰ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ? ਇਹਦੇ ਨਾਲ FIR ਦਰਜ ਕਰਕੇ ਉੱਥੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।